ਚੱਲ ਦੇਖਦੇ ਹਾਂ, ਕਰਦੇ ਹਾਂ ਕਾਮਰਾ ਕੁਮਰਾ ਸੈੱਟ ਤੇ ਪਾਉਂਦੇ ਹਾਂ ਭੰਗੜਾ। ਹੈਲੋ ਹੈਲੋ ਹੈਲੋ, ਸੋ ਵੈਲਕਮ ਟੂ ਮਾਈ ਵਲੌਗ। ਸੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਲਿਸਬੋਆ, ਪਹੁੰਚ ਚੁੱਕੇ ਵਾਲਾ ਤਾਂ ਚੱਲ ਮਸ਼ਹੂਰ ਹੋ ਗਿਆ ਵੈਸੇ। ਸੋ ਆਹ ਵਲੌਗ ਪਊਗਾ ਕ੍ਰਿਸਮਿਸ ਦੇ ਨੈਕਸਟ ਡੇ 'ਤੇ। ਸੋ ਤੁਹਾਨੂੰ ਮੈਰੀ ਕ੍ਰਿਸਮਿਸ ਮੇਰੇ ਵੱਲੋਂ, ਹੋਪ ਕਰਦਾ ਉਦੋਂ ਤੱਕ ਪੈ ਜਾਵੇ। ਅਤੇ ਕਈ ਕਲਿੱਪਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਕ੍ਰਿਸਮਿਸ ਮਨਾਇਆ, ਕਿਉਂਕਿ ਉਸ ਟਾਈਮ ਤੁਹਾਨੂੰ ਪਤਾ ਫੈਮਿਲੀ ਟਾਈਮ ਹੁੰਦਾ ਅਤੇ ਜ਼ਿਆਦਾ ਵਲੋਗਿੰਗ ਵਲੋਗਿੰਗ ਛੱਡਤੀ ਸੀਗੀ ਦੋ ਤਿੰਨ ਦਿਨ ਕਿ ਕ੍ਰਿਸਮਿਸ ਮਨਾ ਲਈਏ। ਮੈਂ ਕਿਹਾ ਹਾਂਜੀ, ਸੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਮੂਵੀ ਦੇਖਣ, ਅਤੇ ਹੁਣ ਆਪਾਂ ਅੰਦਰ ਲੈ ਕੇ ਚੱਲਦੇ ਤੁਹਾਨੂੰ। ਚਲੋ ਚੱਲੀਏ। ਵਾਓ, ਓ ਮਾਈ ਗਾਡ। ਅੱਜ ਕ੍ਰਿਸਮਿਸ ਈਵਨਿੰਗ ਹੈ, ਸੋ ਵੀ ਸ਼ਾਮ ਪੈ ਰਹੀ ਹੈ ਅਤੇ ਕਰਾਂਗੇ ਫਿਰ ਫੰਕਸ਼ਨ। ਹੁਣ ਆਪਾਂ ਸ਼ੋਪਿੰਗਾਂ ਹੋ ਰਹੀਆਂ ਕ੍ਰਿਸਮਿਸ ਦੀਆਂ, ਸੋ ਕਿਉਂਕਿ ਫਿਰ ਸਟੋਪਾਂ ਬੰਦ ਹੋ ਜਾਣਗੀਆਂ। ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਹਾਂ ਸੈਂਟਰ ਆਫ ਲਿਸਬੋਆ। ਤੁਸੀਂ ਦੇਖ ਸਕਦੇ ਹੋ ਆਪਾਂ ਇਸ ਟਾਈਮ ਸੈਂਟਰ ਖੜ੍ਹੇ ਹਾਂ ਲਿਸਬੋਆ ਦੇ, ਅਤੇ ਪਿੱਛੇ ਤਿਆਰੀ ਚੱਲਦੀ ਹੈ ਨਿਊ ਈਅਰ ਦੀ। ਹੁਣ ਕ੍ਰਿਸਮਿਸ ਦੇ ਇਵੈਂਟ ਹੋ ਗਏ ਫਿਨਿਸ਼, ਬਟ ਜਿੰਨੇ ਕੁ ਵਧੀਆ ਸੀ ਉਹ ਤੁਹਾਨੂੰ ਦਿਖਾ ਦਿੱਤੇ ਗਏ ਨੇ। ਸੋ ਹੁਣ ਆਪਾਂ ਤੁਹਾਨੂੰ ਨਿਊ ਈਅਰ ਦੇ ਇਵੈਂਟ ਵਾਲੇ ਸਟਾਰਟਿੰਗ ਹੋ ਰਹੀ ਹੈ, ਅਤੇ ਸੋ ਜੋ ਤੁਸੀਂ ਆਹ ਮੇਰੇ ਪਿੱਛੇ ਸਟੇਜ ਦੇਖ ਰਹੇ ਹੋ, ਇਹ ਕੌਂਸਰਟ ਦੀ ਤਿਆਰੀ ਹੈ, ਨਿਊ ਈਅਰ ਈਵ ਦੀ ਕੌਂਸਰਟ ਦੀ ਤਿਆਰੀ ਹੈ। ਇਹ ਜੇ ਟਾਈਮ ਲੱਗਿਆ ਤਾਂ ਤੁਹਾਨੂੰ ਦਿਖਾਵਾਂਗੇ ਜ਼ਰੂਰ ਆਹ ਕੌਂਸਰਟ ਵੀ, ਬਟ ਤੁਹਾਨੂੰ ਹਜੇ ਆਹ ਦਿਖਾ ਦੇਣੇ, ਤਿਆਰੀ ਚੱਲ ਰਹੀ ਹੈ। ਅਤੇ ਜਿਹੜੇ ਵੀ ਮੇਰੇ ਹੈਗੇ ਵੀਰ ਲਿਸਬੋਆ ਵਾਲੇ, ਅਤੇ ਜ਼ਰੂਰ ਪਹੁੰਚੋ ਇੱਥੇ ਹੁੰਮ ਹੁਮਾ ਕੇ। ਸੋ ਕਾਫੀ ਵੱਡਾ ਕੌਂਸਰਟ ਲੱਗਣ ਲੱਗਾ ਇੱਥੇ, ਸੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸਭ ਤਿਆਰੀਆਂ ਚੱਲ ਰਹੀਆਂ ਨੇ। ਸੋ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ। ਆਹ ਕੌਂਸਰਟ ਦਾ ਮਾਹੌਲ ਦੇਖ ਕੇ ਜੀ ਕਹਿੰਦਾ ਭੰਗੜਾ ਪਾ ਹੀ ਲਈਏ ਫਿਰ ਅੱਜ। ਚੱਲ ਦੇਖਦੇ ਹਾਂ, ਕਰਦੇ ਹਾਂ ਕੈਮਰਾ ਕੁਮਰਾ ਸੈੱਟ, ਪਾਉਂਦੇ ਹਾਂ ਭੰਗੜਾ। ਹਾਂਜੀ, ਹੋਪ ਕਰਦਾ ਤੁਹਾਨੂੰ ਅੱਜ ਦੀ ਵੋਕ ਪਸੰਦ ਆ ਰਹੀ ਹੋਣੀ। ਅੱਜ ਦਿਨ ਨਹੀਂ ਕਹਿ ਸਕਦੇ, ਵੋਕ ਹੈ ਇਹ। ਸੋ ਉੱਥੋਂ ਰੂਸੀਓ ਤੋਂ ਸੈਂਟਰ ਤੋਂ ਚੱਲੇ ਸੀ, ਹੁਣ ਆਪਾਂ ਕੈਸ਼ ਉੱਧਰ ਚੱਲੇ ਹਾਂ, ਫਿਰ ਆਪ ਜਾਵਾਂਗੇ ਘਰੇ। ਸੋ ਹੁਣ ਆਪਾਂ ਥੋੜ੍ਹੀ ਦੇਰ ਵੀ ਆਹ ਵਿਊ ਦਾ ਮਜ਼ਾ ਲਈਏ, ਅਤੇ ਨਾਲ ਕਰੀਏ ਤੁਹਾਡੇ ਨਾਲ ਗੱਲਾਂ, ਅਤੇ ਆਪਾਂ ਸਟਾਰਟ ਕਰਦੇ ਹਾਂ ਕਿ ਜਿਹੜੇ ਵੀਰਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਪੁਰਤਗਾਲ ਦੀ, ਉਹ ਜ਼ਰੂਰ ਦੱਸੋ, ਅਤੇ ਤੁਹਾਨੂੰ ਰਿਪਲਾਈ ਕਰਾਂਗੇ। ਅਤੇ ਨਾਲੇ ਕੁਛ ਜੇ ਕੋਈ ਹੋਰ ਹੈਲਪ ਚਾਹੀਦੀ ਹੋਵੇ ਜ਼ਰੂਰ ਦੱਸੋ, ਪੁਰਤਗਾਲ 'ਚ ਸਾਨੂੰ ਜ਼ਰੂਰ ਹੈਲਪ ਕਰਾਂਗੇ ਜਿੰਨੀ ਕੁ ਵੀ ਹੋ ਸਕੇ। ਸੋ ਇਹ ਚੈਨਲ ਦਾ ਮਕਸਦ ਹੀ ਇਹ ਹੈ ਕਿ ਇਨਫੋਰਮੇਸ਼ਨ, ਇੰਟਰਟੇਨਮੈਂਟ। ਠੰਡ ਲੱਗੀ ਜਾਂਦੀ ਹੈ ਅਤੇ
ਗੱਲਾਂ ਗੁੱਲਾਂ ਘੱਟ ਹੀ ਹੋ ਰਹੀਆਂ ਨੇ ਅੱਜ ਮੇਰੇ ਤੋਂ, ਕਿਉਂਕਿ ਠੰਡ ਬਹੁਤ ਹੈਗੀ। ਵਾਕ ਹੋ ਗਈ ਫਿਨਿਸ਼। Too many thoughts on my mind, I can't sleep at night, so I just keep writing. I don't need no help, I don't need opinions, so don't waste my time then. I just been living online, my city don't show me no love and that's fine. Fuck local radio stations, I got more